ਸਤਿ ਸ਼੍ਰੀ ਅਕਾਲ ਜੀ, ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਸਿਹਤ ਮਾਮਲਿਆਂ ਨੂੰ ਲੈ ਕੇ ਅੱਜ ਇੱਕ ਵਾਰ ਫੇਰ ਇੱਕ ਨਵੇਂ ਮਹਿਮਾਨ ਦੇ ਨਾਲ ਤੁਹਾਡੇ ਰੂਬਰੂ ਹੋਇਆ ਤੇ ਅੱਜ ਦੀ ਜਦੋਂ ਇਹ ਇੰਟਰਵਿਊ ਖਤਮ ਹੋਏਗੀ, ਸਾਡਾ ਦਾਵਾ ਹੈ ਕਿ ਇਸ ਇੰਟਰਵਿਊ ਨੂੰ ਦੇਖਣ ਵਾਲੇ ਬਹੁਤ ਸਾਰੇ ਲੋਕ ਇਹ ਕਹਿਣਗੇ ਇਹ ਤਾਂ ਮੇਰੇ ਵਾਲੀ ਪ੍ਰੋਬਲਮ ਸੀਗੀ, ਜੇ ਇਹ ਠੀਕ ਹੋ ਸਕਦੇ ਨੇ ਤਾਂ ਮੈਂ ਕਿਉਂ ਨਹੀਂ। ਸਿਰਫ ਹਿੰਮਤ ਕਰਨ ਦੀ ਲੋੜ ਹੈ ਤੇ ਇਹਨਾਂ ਬਾਰੇ ਥੋੜ੍ਹਾ ਜਿਹਾ ਮੈਂ ਤੁਹਾਨੂੰ ਦੱਸਦਾ ਕਿ ਇਹਨਾਂ ਨੂੰ ਡਿਸਕ ਦੀ ਪ੍ਰੋਬਲਮ ਸੀ। ਡਿਸਕ ਦੇ ਵਿੱਚ ਉਹਨਾਂ ਦਾ ਚੌਥਾ ਜਾਂ ਪੰਜਵਾਂ L4 ਜਾਂ L5 ਜਿਹੜਾ ਸੀ ਇਹਨਾਂ ਦਾ ਮਣਕਾ, ਉਹਨਾਂ ਦਾ ਡਿਸਕ ਹਿੱਲੀ ਹੋਈ ਸੀ ਅਤੇ ਉਹਦੇ ਕਰਕੇ ਇਹ ਵਰ੍ਹਿਆਂ ਤੋਂ ਚਾਰ ਪੰਜ ਸਾਲਾਂ ਦੇ ਉੱਤੋਂ ਅਲੱਗ ਅਲੱਗ ਡਾਕਟਰਾਂ ਦੇ ਕੋਲ ਇਹ ਦਵਾਈਆਂ ਦੇ ਚੱਕਰਾਂ 'ਚ ਪਏ ਹੋਏ ਸੀ, ਆਰਾਮ ਨਹੀਂ ਆ ਰਿਹਾ ਸੀ। ਇਸ ਤੋਂ ਇਲਾਵਾ ਇਹਨਾਂ ਨੂੰ ਮਾਈਗ੍ਰੇਨ ਯਾਨੀ ਅੱਧਾ ਸਿਰ ਦੁਖਣ ਦੀ ਪ੍ਰੋਬਲਮ ਸੀਗੀ, ਉਹ ਵੀ ਇਹਨਾਂ ਨੂੰ ਕਾਫੀ ਲੰਬੇ ਸਮੇਂ ਤੋਂ ਰਹੀ, ਲੇਕਿਨ ਉਹਦਾ ਵੀ ਕਿਸੇ ਪਾਸੋਂ ਇਹਨਾਂ ਨੂੰ ਆਰਾਮ ਨਹੀਂ ਆਇਆ। ਫਿਰ ਕਿਸ ਕਿਸ ਤਰੀਕੇ ਦੇ ਨਾਲ ਕਿਹੜੇ ਕਿਹੜੇ ਹਾਲਾਤਾਂ 'ਚੋਂ ਲੰਘੇ ਇਹ, ਉਸ ਦੌਰਾਨ ਕੀ ਇਹਨਾਂ ਨਾਲ ਵਾਪਰਿਆ, ਕਿੰਨਾ ਪੈਸਾ ਇਹਨਾਂ ਨੇ ਲਾਤਾ, ਕਿਹੜੇ ਕਿਹੜੇ ਡਾਕਟਰਾਂ ਕੋਲ ਗਏ, ਪਰਿਵਾਰ ਦਾ ਕੀ ਮਾਹੌਲ ਸੀਗਾ, ਉਹ ਸਾਰਾ ਆਪਾਂ ਇਹਨਾਂ ਤੋਂ ਜਾਣਾਂਗੇ ਅਤੇ ਫਿਰ ਐਂਡ 'ਚ ਜਾਣਾਂਗੇ ਵੀ ਠੀਕ ਕਿਵੇਂ ਹੋਏ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ? ਸਤਿ ਸ਼੍ਰੀ ਅਕਾਲ ਸਰ, ਮਨਪ੍ਰੀਤ ਕੌਰ ਸਰ। ਮਨਪ੍ਰੀਤ ਜੀ, ਥੋੜ੍ਹਾ ਜਿਹਾ ਆਪਣੇ ਬਾਰੇ ਦੱਸੋਗੇ, ਪਰਿਵਾਰ ਬਾਰੇ, ਕੌਣ ਕੌਣ ਪਰਿਵਾਰ 'ਚ, ਕਿੰਨਾ ਪੜ੍ਹੇ ਹੋਏ ਹੋ, ਕਿੰਨੇ ਬੱਚੇ ਨੇ, ਥੋੜ੍ਹਾ ਡਿਟੇਲ। ਹਾਂਜੀ ਸਰ, ਮੈਂ ਲੁਧਿਆਣੇ ਤੋਂ ਬਿਲੋਂਗ ਕਰਦੀ ਹਾਂ ਅਤੇ ਮੇਰੇ ਪਰਿਵਾਰ ਦੇ ਵਿੱਚ ਮੇਰੇ ਹਸਬੈਂਡ, ਮੇਰੇ ਮਦਰ ਇਨ ਲਾਅ ਅਤੇ ਮੇਰਾ ਇੱਕ ਦੇਵਰ ਆ ਅਤੇ ਇੱਕ ਮੇਰੀ ਛੋਟੀ ਬੱਚੀ ਆ 4 ਸਾਲ ਦੀ ਸਰ, ਅਤੇ ਮੈਂ MA BEd ਕੀਤੀ ਹੋਈ ਆ ਸਰ। ਬੜੇ ਭਾਗਾਂ ਵਾਲੇ ਹੋ, ਬੱਚੀ ਆ ਤੁਹਾਡੇ ਘਰੇ ਅਤੇ ਅੱਛਾ ਇਹ ਦੱਸੋ ਕਿ ਪਰਿਵਾਰ ਦਾ ਸਾਰਾ ਤੰਦਰੁਸਤੀ ਹੈ, ਖੁਸ਼, ਵਧੀਆ ਮਾਹੌਲ ਹੈ? ਹਾਂਜੀ ਸਰ, ਸਭ ਵਧੀਆ ਨੇ ਜੀ। ਤੁਸੀਂ ਮੈਨੂੰ ਦੱਸ ਰਹੇ ਸੀ ਮਾਈਗ੍ਰੇਨ ਸੀਗਾ, ਮਾਈਗ੍ਰੇਨ ਦੇ ਨਾਲ ਕਿਤੇ ਨਾ ਕਿਤੇ ਡਿਪਰੈਸ਼ਨ ਜੁੜਿਆ ਹੁੰਦਾ, ਡਿਪਰੈਸ਼ਨ ਦੇ ਨਾਲ ਕਿਤੇ ਨਾ ਕਿਤੇ ਕਿਤੇ ਕੋਈ ਨਾ ਕੋਈ ਪੁਆੜਾ ਜੁੜਿਆ ਹੁੰਦਾ, ਪੰਗਾ ਜੁੜਿਆ ਹੁੰਦਾ। ਹਾਂਜੀ ਸਰ, ਬਟ ਸਾਡੇ ਘਰ ਦੇ ਮਾਹੌਲ ਬਿਲਕੁਲ ਸ਼ਾਂਤ ਆ ਸਰ। ਹਾਂਜੀ, ਮੈਨੂੰ ਪਰਿਵਾਰ ਮੇਰਾ ਵਧੀਆ ਮਿਲਿਆ ਗਾ, ਸਾਰਾ ਮੰਮੀ ਵੀ ਵਧੀਆ ਨੇ, ਹਸਬੈਂਡ ਵੀ ਵਧੀਆ ਨੇ, ਤਕਰੀਬਨ ਸਾਰਾ ਪਰਿਵਾਰ ਸਾਡਾ ਵਧੀਆ ਗਾ ਸਰ। ਵਧੀਆ, ਚਲੋ ਪਰਮਾਤਮਾ ਕਰੇ ਵਧੀਆ ਰਹੇ। ਅੱਛਾ ਕੀ ਹੋਇਆ ਸੀ, ਕਿੰਨੀ ਕੁ ਦੇਰ ਪਹਿਲਾਂ ਦੀ ਗੱਲ ਹੈ ਜਦੋਂ ਡਿਸਕ ਦੀ ਪ੍ਰੋਬਲਮ, ਤੁਹਾਨੂੰ ਤੁਸੀਂ ਮੈਨੂੰ ਆਫ ਦਾ ਕੈਮਰਾ ਦੱਸ ਰਹੇ ਸੀ ਤੁਹਾਨੂੰ ਡਿਸਕ ਦੀ ਪ੍ਰੋਬਲਮ ਆਈ, ਕਿਤੇ ਡਿੱਗ ਡੁੱਗ ਪਏ ਸੀ? ਹਾਂਜੀ ਸਰ, ਸਾਡੇ ਗੇਟ 'ਤੇ ਹੀ ਮੈਂ ਗਿਰ ਗਈ ਸੀ 2 ਵਾਰੀ, ਉਸ ਤੋਂ ਬਾਅਦ ਮੈਨੂੰ ਡਿਸਕ ਦੀ ਪ੍ਰੋਬਲਮ ਜਿਹੜੀ ਆ ਚੁੱਕੀ ਸੀਗੀ ਸਰ। ਡਿਸਕ ਦੀ ਪ੍ਰੋਬਲਮ ਕਿੱਦਾਂ ਡਾਇਗਨੋਸ ਕਿੱਦਾਂ ਹੋਈ, ਪਤਾ ਕਿਵੇਂ ਲੱਗੀ? ਸਰ, ਮੇਰੇ ਬੈਕ 'ਚ ਦਰਦ ਰਹਿਣ ਲੱਗ ਗਿਆ ਸੀ ਸਰ। ਪਹਿਲਾਂ ਹਲਕਾ ਹਲਕਾ ਸੀ ਦਰਦ, ਮੈਂ ਥੋੜ੍ਹੀ ਮੈਡੀਸਨ ਲਈ, ਫਿਰ ਹੋਰ ਜ਼ਿਆਦਾ ਵੱਧ ਗਿਆ ਦਰਦ, ਫਿਰ ਮੈਂ ਹੋਰ ਜ਼ਿਆਦਾ ਮੈਡੀਸਨ ਲਈ। ਮਤਲਬ ਹੋਰ ਜ਼ਿਆਦਾ ਵਧੀ ਗਿਆ ਅਤੇ ਹੋਰ ਜ਼ਿਆਦਾ ਆਪਾਂ ਮੈਡੀਸਨ ਲਈ ਗਏ ਅਤੇ ਮੈਡੀਸਨ ਸਿਰਫ ਦਰਦ ਵਾਲੀ ਲਈ ਗਈ, ਹੋਰ ਕੋਈ ਦਵਾਈ ਨਹੀਂ? ਹਾਂਜੀ ਸਰ, ਮਤਲਬ ਦਰਦ ਜਿਵੇਂ ਜਿਵੇਂ ਮੈਂ ਮੈਡੀਸਨ ਲੈਂਦੀ ਸੀ ਉਵੇਂ ਉਵੇਂ ਦਰਦ ਵੱਧਦਾ ਹੀ ਗਿਆ। ਦਰਦ ਵੱਧਦਾ ਜਾਂਦਾ, ਦਰਸ਼ਕਾਂ ਦੀ ਜਾਣਕਾਰੀ ਦੱਸਦਾ ਕਿ ਅਕਸਰ ਜਦੋਂ ਆਪਾਂ ਐਕਸਪਰਟਸ ਦੇ ਨਾਲ ਗੱਲ ਕਰਦੇ ਹਾਂ ਤਾਂ ਦਰਦ ਜਿਹੜਾ ਹੈ ਉਹ ਇੰਡੀਕੇਸ਼ਨ ਹੈ ਬੋਡੀ ਦੀ ਕਿ ਇੱਥੇ ਤੁਹਾਡੀ ਬੋਡੀ ਦੇ ਵਿੱਚ ਖਰਾਬੀ ਆਈ ਹੈ। ਉਹ ਕੋਈ ਇਹ ਨਹੀਂ ਹੈਗਾ ਵੀ ਦਰਦ ਕੋਈ ਇਟਸੈਲਫ ਕੋਈ ਬਿਮਾਰੀ ਹੈਗੀ, ਆਪਾਂ ਉਹਨੂੰ ਬਿਮਾਰੀ ਸਮਝ ਲੈਂਦੇ ਹਾਂ, ਉਹ ਦਰਦ ਨੂੰ ਦਬਾਉਣ ਦੀ ਗੱਲ ਕਰਦੇ ਹਾਂ ਅਤੇ ਦਰਦ ਤਾਂ ਦੱਬਿਆ ਜਾਂਦਾ, ਬਿਮਾਰੀ ਵੱਧ ਜਾਂਦੀ ਹੈ, ਇਹ ਵੀ ਹੋਇਆ? ਹਾਂਜੀ ਸਰ, ਪਹਿਲਾਂ ਦਰਦ ਹੀ ਵੱਧਦਾ ਸੀਗਾ, ਮਤਲਬ ਮੈਂ ਮੈਡੀਸਨ ਜਦੋਂ ਲੈਂਦੀ ਸੀ ਦਰਦ ਮਤਲਬ ਥੋੜ੍ਹੀ ਤੋਂ ਵੱਧਦਾ ਗਿਆ, ਬਟ ਹੁਣ ਮੇਰੇ ਪ੍ਰੋਬਲਮ ਕੀ ਹੋ ਗਈ ਸੀ ਵੀ ਜਿਹੜੀ ਬੋਨ ਆ ਰੀੜ ਦੀ ਉਹਦੇ ਉਹ ਵੀ ਟੇਢੀ ਹੋ ਚੁੱਕੀ ਸੀਗੀ, ਮਤਲਬ ਹਾਂਜੀ ਮੈਡੀਸਨ ਲੈਣ ਦੇ ਨਾਲ ਨਾਲ ਵੀ ਜਿਹੜੀ ਮੇਰੀ ਰੀੜ ਦੀ ਹੱਡੀ ਆ ਉਹ ਟੇਢੀ ਹੋ ਚੁੱਕੀ ਸੀ ਸਰ। ਕਿੱਦਾਂ ਮਤਲਬ ਉਹ ਐਕਸਰੇ ਕਰਾਇਆ ਸਰ? ਉਹਦੀ ਸ਼ੇਪ ਕਹਿ ਨਹੀਂ ਸੋ, ਮਤਲਬ ਉਹਦੀ ਸ਼ੇਪ ਜਿਹੜੀ ਹੈਗੀ ਆ ਉਹ ਇੱਦਾਂ ਬਣ ਚੁੱਕੀ ਸੀਗੀ। ਹਾਂਜੀ ਸਰ, ਤੇ ਹਾਂਜੀ ਸਰ, ਐਵੇਂ ਹੋ ਗਈ ਸੀ, ਮੇਰਾ ਪੇਟ ਆ ਜਿਹੜਾ ਉਹ ਬਾਹਰ ਨੂੰ ਆ ਗਿਆ ਸੀ ਅਤੇ ਬੈਕ ਸਾਈਡ ਵੀ ਜਿਹੜੀ ਸੀ ਉਹ ਬਾਹਰ ਨੂੰ ਚਲੀ ਗਈ ਅਤੇ ਜਿਹੜੀ ਰੀੜ੍ਹ ਦੀ ਹੱਡੀ ਸੀ ਉਹ ਅੰਦਰੋਂ ਮਤਲਬ ਟੇਢੀ ਹੋ ਚੁੱਕੀ ਸੀਗੀ। ਉਹਦੇ ਕਾਰਨ ਕੀ ਦੱਸਿਆ ਡਾਕਟਰ? ਸਰ, ਡਾਕਟਰ ਨੇ ਤਾਂ ਬਹੁਤ ਸਾਰੇ ਕਾਰਨ ਦੱਸੇ ਸੀ, ਹਰ ਇੱਕ ਡਾਕਟਰ ਨੇ ਆਪਣੀ ਆਪਣੀ ਰਾਏ ਦਿੱਤੀ। ਸਰ, ਉਹ ਕਹਿੰਦੇ ਸੀ ਵੀ ਤੇਰੀ ਰੀੜ੍ਹ ਦੀ ਹੱਡੀ ਬਹੁਤ ਜ਼ਿਆਦਾ ਵੱਧ ਚੁੱਕੀ ਹੈ, ਜੇ ਮਤਲਬ ਇਹ ਨਾ ਐਵੇਂ ਠੀਕ ਆਈ ਤਾਂ ਤੁਹਾਨੂੰ ਆਪਰੇਸ਼ਨ ਵੀ ਕਰਾਉਣਾ ਪਊਗਾ। ਰੀੜ੍ਹ ਦੀ ਹੱਡੀ ਵਧਣੀ ਸ਼ੁਰੂ ਹੋ ਗਈ, ਉਹਨੂੰ ਪਾਣੀ ਦੇ ਰਿਹਾ ਸੀ, ਕੀ ਹੋ ਰਿਹਾ ਸੀ? ਨਹੀਂ ਸਰ, ਫਸਲ ਥੋੜ੍ਹੀ ਟੇਢੀ ਹੋ ਚੁੱਕੀ ਸੀ ਰੀੜ੍ਹ ਦੀ ਹੱਡੀ, ਉਹਦੇ ਕਾਰਨ ਮਤਲਬ ਡਾਕਟਰ ਨੇ ਇਹ ਵੀ ਰਾਏ ਦਿੱਤੀ ਸੀ ਵੀ ਤੁਹਾਨੂੰ ਜੇ ਨਾ ਇਹ ਠੀਕ ਹੋਈ ਤਾਂ ਤੁਹਾਨੂੰ ਆਪਰੇਸ਼ਨ ਕਰਨਾ ਪਊ। ਮਤਲਬ ਮੇਰੇ ਹਸਬੈਂਡ ਨੂੰ ਇੰਨੇ ਡਰ ਚੁੱਕੇ ਸੀਗੇ ਉਹ ਇਸ ਗੱਲ ਤੋਂ ਵੀ ਜੇ ਇੰਨੀ ਛੋਟੀ ਉਮਰ ਦੇ ਵਿੱਚ ਹੀ ਇਹਨਾਂ ਦਾ ਆਪਰੇਸ਼ਨ ਹੋ ਗਿਆ ਤਾਂ ਅਸੀਂ ਕੀ ਕਰਾਂਗੇ। ਔਰ ਇਹ ਰੀੜ੍ਹ ਦੀ ਹੱਡੀ ਵਧਣਾ ਜਾਂ ਰੀੜ੍ਹ ਦੀ ਹੱਡੀ 'ਚ ਪ੍ਰੋਬਲਮ ਆਉਣਾ, ਇੱਕ ਤਾਂ ਹੁੰਦੀ ਸੱਟ ਲੱਗਣੀ, ਸੱਟ ਲੱਗਣ ਨਾਲ ਕੁਛ ਚਲੋ ਅੰਦਰ ਇੰਜਰੀ ਹੋ ਜਾਂਦੀ ਹੈ ਅਤੇ ਉਹ ਗੱਲ ਵੱਖਰੀ ਹੈਗੀ, ਪਰ ਵਧਣਾ ਇੱਕ ਇਟਸੈਲਫ ਜਿਹੜੀ ਇੱਕ ਬੜੀ ਹੈਰਾਨੀ ਵਾਲੀ ਗੱਲ ਹੈ। ਹਾਂਜੀ ਸਰ, ਔਰ ਨਾਲ ਦੀ ਨਾਲ ਹੱਡੀ ਟੇਢੀ ਵੀ ਹੁੰਦੀ ਗਈ। ਪਰੇਸ਼ਾਨ ਰਹਿੰਦੇ ਸੀ, ਸਾਰਾ ਦਿਨ ਕੰਮ ਕਰਦੇ ਰਹਿਣਾ, ਉਹ ਸ਼ਾਮ ਨੂੰ ਆ ਕੇ ਮੇਰੀ ਟੈਨਸ਼ਨ ਲੈ ਲੈਣਾ ਵੀ ਹਾਂ ਕੀ ਬਣੂਗਾ ਘਰ ਦਾ। ਮਤਲਬ ਕੀ ਕਿੱਦਾਂ, ਇੱਕ ਡਾਕਟਰ ਤੋਂ ਨਹੀਂ ਆਰਾਮ ਹੈ? ਹਾਂਜੀ, ਅਸੀਂ ਬਹੁਤ ਸਾਰੇ ਲੁਧਿਆਣੇ ਦੇ ਵਿੱਚ ਵੀ ਬਹੁਤ ਸਾਰੇ ਡਾਕਟਰ ਚੇਂਜ ਕੀਤੇ,
ਅਤੇ ਹੋਰ ਬਾਹਰੋਂ ਵੀ ਅਸੀਂ ਬਹੁਤ ਸਾਰੀਆਂ ਮੈਡੀਸਨਸ ਮਤਲਬ ਆਊਟ ਆਫ ਸਟੇਸ਼ਨ ਲੁਧਿਆਣੇ ਤੋਂ ਬਾਹਰ ਤੋਂ ਵੀ ਬਹੁਤ ਸਾਰੀਆਂ ਮੈਡੀਸਨ ਖਾਧੀਆਂ ਪਰ ਸਾਨੂੰ ਕੋਈ ਫਰਕ ਨਹੀਂ ਪਿਆ ਅਤੇ ਜਦੋਂ ਪੇਨ ਹੁੰਦੀ ਸੀ ਕਿੱਦਾਂ ਦਾ ਮਾਹੌਲ ਹੁੰਦਾ ਸੀ ਕੀ ਉਸ ਟਾਈਮ ਦੇ ਮਾਹੌਲ ਕਿੱਦਾਂ ਰਹਿੰਦਾ ਸਰ ਜਦੋਂ ਪੇਨ ਹੁੰਦੀ ਸੀ ਮੇਰਾ ਮਤਲਬ ਪਹਿਲਾਂ ਤਾਂ ਇਹ ਮੋਰਨਿੰਗ ਟਾਈਮ ਹੀ ਮਤਲਬ ਸਵੇਰੇ ਉੱਠਣ ਨੂੰ ਬਿਲਕੁਲ ਹੀ ਦਿਲ ਨਹੀਂ ਕਰਦਾ ਹੁੰਦਾ ਸੀ ਮੇਰਾ ਜੀ ਕਰਦਾ ਹੁੰਦਾ ਸੀ ਵੀ ਪੈ ਹੀ ਰਹੋ ਮਤਲਬ ਇੱਕ ਸਰੀਰ ਆਕੜਿਆ ਰਹਿੰਦਾ ਸੀ ਇੱਦਾਂ ਜਿਵੇਂ ਆਕੜ ਗਿਆ ਹੁੰਦਾ ਹਾਂਜੀ ਆਕੜਿਆ ਰਹਿੰਦਾ ਸੀ ਔਰ ਸਿੱਧਾ ਤਾਂ ਮੇਰੇ ਤੋਂ ਹੋਇਆ ਹੀ ਨਹੀਂ ਜਾਂਦਾ ਸੀ ਸਵੇਰੇ ਹੀ ਹਾਂਜੀ ਔਰ ਸਵੇਰੇ ਉੱਠ ਕੇ ਕੰਮ ਵੀ ਕਰਨਾ ਹੁੰਦਾ ਸੀਗਾ ਅਤੇ ਮੇਰਾ ਮਨ ਇੰਨਾ ਹੁੰਦਾ ਸੀਗਾ ਵੀ ਮੈਂ ਨਾ ਹੀ ਉੱਠਾਂ ਪਾ ਹੀ ਰਹਾਂ ਇਹੀ ਠੀਕ ਆ ਕਈ ਵਾਰੀ ਕੰਮ ਨਾ ਸਰੀਰ ਦੁਖਦਾ ਕੰਮ ਕਰਨ ਨੂੰ ਦਿਲ ਨਹੀਂ ਕਰ ਰਿਹਾ ਇਸ ਪਿੱਛੇ ਕਈ ਵਾਰੀ ਝਗੜਾ ਵੀ ਹੋ ਜਾਂਦਾ ਨਹੀਂ ਸਰ ਝਗੜਾ ਤਾਂ ਕਦੇ ਹੋਇਆ ਨਹੀਂ ਪਰ ਆਪਣੇ ਆਪ ਨੂੰ ਪਤਾ ਵੀ ਮਦਰ ਇਨ ਲਾ ਨੇ ਇਕੱਲੇ ਉਹ ਵੀ ਠੀਕ ਨਹੀਂ ਰਹਿੰਦੇ ਸਿਹਤ ਤੋਂ ਠੀਕ ਨਹੀਂ ਰਹਿੰਦੇ ਸੀ ਫਿਰ ਵੀ ਅਸੀਂ ਉਹਨਾਂ 'ਤੇ ਕੰਮ ਸੌਂਪੀ ਜਾਵਾਂਗੇ ਤਾਂ ਖਰਾਬ ਹੁੰਦਾ ਕੰਮ ਹਾਂਜੀ ਫਿਰ ਤੁਸੀਂ ਇੱਕ ਡਾਕਟਰ ਤੋਂ ਨਹੀਂ ਆਰਾਮ ਆਇਆ ਫਿਰ ਅੱਗੇ ਕਿਸੇ ਹੋਰ ਕੋਲ ਗਏ ਹਾਂਜੀ ਅਸੀਂ ਹੋਰ ਵੀ ਡਾਕਟਰਾਂ ਨੂੰ ਬਦਲਿਆ ਜੀ ਕਿਹੜੇ ਕਿਹੜੇ ਡਾਕਟਰਾਂ ਕੋਲ ਕੀ ਕਿਹਾ ਫਿਰ ਡਾਕਟਰ ਅਸੀਂ ਲੁਧਿਆਣੇ ਤੋਂ ਡਾਕਟਰ ਕੰਗ ਤੋਂ ਵੀ ਮੈਡੀਸਨ ਲਈ ਅਤੇ ਹੋਰ ਨੇੜੇ ਸਾਡੇ ਨੇੜੇ ਵੀ ਬਹੁਤ ਸਾਰੇ ਡਾਕਟਰ ਸੀ ਉਹਨਾਂ ਤੋਂ ਵੀ ਮੈਡੀਸਨ ਲਈ ਜੀ ਹਾਂਜੀ ਮਤਲਬ ਜਦੋਂ ਡਾਕਟਰ ਕੋਲ ਜਾਂਦੇ ਸੀ ਹਰ ਵਾਰੀ ਉਹਨਾਂ ਨੇ ਨਵਾਂ ਕੋਈ ਐਕਸਰੇ ਵਗੈਰਾ ਕਰਾਉਂਦੇ ਸੀ ਕੋਈ MRI ਵਗੈਰਾ ਕਰਾਉਂਦੇ ਸੀ ਜਾਂ ਕੀ ਕਿੱਦਾਂ ਹਾਂਜੀ ਸਰ ਐਕਸਰੇ ਵੀ ਕਰਵਾਏ ਸੀ MRI ਵੀ ਕਰਵਾਈ ਸੀ ਪ੍ਰੋਬਲਮ ਸੇਮ ਹੀ ਆਉਂਦੀ ਸੀ ਵੀ ਰੀੜ੍ਹ ਦੀ ਹੱਡੀ ਵਿੰਗੀ ਹੋ ਗਈ ਜੇ ਨਾ ਠੀਕ ਹੋਈ ਤਾਂ ਆਪਰੇਸ਼ਨ ਤੁਹਾਨੂੰ ਕਰਾਉਣਾ ਹੀ ਪਏਗਾ ਕੋਈ ਇਹਦੇ 'ਚ ਇਹਦਾ ਇਲਾਜ ਫਿਰ ਕਈ ਵਾਰੀ ਕੋਈ ਫਿਜੀਓਥੈਰੇਪੀ ਵੀ ਲੈਣਾ ਕਹਿੰਦੇ ਨੇ ਤੁਸੀਂ ਗਏ ਉਹਨਾਂ ਕੋਲ ਨਹੀਂ ਸਰ ਮੈਂ ਉਹ ਤਾਂ ਨਹੀਂ ਲਈ ਫਿਜੀਓਥੈਰੇਪੀ ਤਾਂ ਨਹੀਂ ਮੈਂ ਲਈ ਉਹ ਕਹਿੰਦੇ ਸੀ ਵੀ ਮੈਡੀਸਨ ਨਾਲ ਠੀਕ ਹੋ ਗਈ ਤਾਂ ਠੀਕ ਆ ਨਹੀਂ ਲਾਸਟ ਇਹਦਾ ਆਪਰੇਸ਼ਨ ਹੀ ਆ ਅਤੇ ਕੋਈ ਫਿਰ ਤੁਸੀਂ ਜੋਬ ਕਰਦੇ ਹੋ ਉੱਥੇ ਵੀ ਕੋਈ ਪ੍ਰੋਬਲਮ ਆਉਂਦੀ ਸੀ ਹਾਂਜੀ ਮੇਰੇ ਤੋਂ ਜਦੋਂ ਮੈਂ ਜੋਬ ਕਰਦੀ ਹਾਂ ਤਾਂ ਮੇਰੇ ਤੋਂ ਖੜਿਆ ਨਹੀਂ ਜਾਂਦਾ ਸੀ ਸਾਰਾ ਦਿਨ ਮਤਲਬ ਲੈਕਚਰ ਦੇਣੀ ਸੀ ਸਾਰਾ ਦਿਨ ਖੜ੍ਹ ਕੇ ਲੈਕਚਰ ਦੇਣੇ ਹੁੰਦੇ ਸੀ ਤਾਂ ਖੜ੍ਹਨ ਦੇ ਵਿੱਚ ਬਹੁਤ ਸਾਰੀ ਪ੍ਰੋਬਲਮ ਆਉਂਦੀ ਸੀਗੀ ਮੈਨੂੰ ਖੜ੍ਹਨ 'ਚ ਪ੍ਰੋਬਲਮ ਆਉਂਦੀ ਸੀ ਅਤੇ ਮਤਲਬ ਜਦੋਂ ਇੱਕ ਕਿਉਂਕਿ ਲੈਕਚਰ ਜਿਹੜਾ ਕਈ ਵਾਰੀ ਕਿਸੇ ਸਕੂਲ ਜਾਂ ਕਾਲਜ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਹੁੰਦਾ ਕਿ ਉਹ ਬੈਠਣ ਨੂੰ ਸੀਟ ਵੀ ਨਹੀਂ ਦਿੰਦੇ ਹਾਂਜੀ ਚੇਅਰ ਤਾਂ ਅਲਾਓ ਹੀ ਨਹੀਂ ਹੁੰਦੀ ਬੈਠਣ ਨੂੰ ਆਪਾਂ ਜੇ 2 ਮਿੰਟ ਲਈ ਵੀ ਬੈਠਣਾ ਤਾਂ ਪਰਮਿਸ਼ਨ ਲੈਣੀ ਪੈਂਦੀ ਹੈਗੀ ਫਿਰ ਉਹ ਉੱਥੇ ਸਕੂਲ ਕਾਲਜ ਜਿੱਥੇ ਵੀ ਤੁਸੀਂ ਪੜ੍ਹਾਉਂਦੇ ਸੀ ਉੱਥੇ ਫਿਰ ਪ੍ਰੋਬਲਮ ਨਹੀਂ ਆਉਂਦੀ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਸੀ ਸਰ ਮੈਨੂੰ ਅੱਗੇ ਕਿਵੇਂ ਮੈਨੇਜ ਕਿਵੇਂ ਕਰਦੇ ਸਰ ਮੈਨੇਜ ਕਰਨਾ ਮੇਰੇ ਲਈ ਬਹੁਤ ਜ਼ਿਆਦਾ ਔਖਾ ਸੀਗਾ ਵੀ ਮੈਂ ਸਕੂਲ ਜਾਂਦੀ ਹਾਂ ਜੋਬ ਕਰਦੀ ਹਾਂ ਕੰਮ ਕਰਦੀ ਹਾਂ ਉੱਥੇ ਜਾ ਕੇ ਪਰੇਸ਼ਾਨ ਰਹਿੰਦੀ ਸੀਗੀ ਖੜ੍ਹਾ ਨਹੀਂ ਰਹਿਣਾ ਅਤੇ ਫਿਰ ਮੈਂ ਘਰ ਆਉਂਦੀ ਸੀ ਮੈਂ ਹਸਬੈਂਡ ਨੂੰ ਕਹਿੰਦੀ ਸੀ ਮੈਂ ਅੱਜ ਇੰਨਾ ਥੱਕ ਗਈ ਇਹ ਹੋ ਗਈ ਹਾਰ ਕੇ ਮੇਰੇ ਹਸਬੈਂਡ ਨੇ ਲਾਸਟ 'ਤੇ ਕੀ ਕੀਤਾ ਕਹਿੰਦੇ ਤੂੰ ਘਰ ਹੀ ਬਹਿ ਜਾ ਵੀ ਮਤਲਬ ਜੋਬ ਛੁਡਾਤੀ ਹਾਂਜੀ ਜੋਬ ਮੈਂ ਛੱਡਤੀ ਕਿਉਂਕਿ ਉਹਨਾਂ ਨੂੰ ਵੀ ਜਦੋਂ ਮੈਂ ਆ ਕੇ ਕਹਿੰਦੀ ਸੀ ਵੀ ਮੇਰੇ ਪੇਨ ਹੁੰਦੀ ਹੈਗੀ ਉਹ ਵੀ ਵਿਚਾਰੇ ਕੀ ਕਰਦੇ ਕਿਉਂਕਿ ਔਖਾ ਹੁੰਦਾ ਇੱਕ ਤਾਂ ਮਤਲਬ ਉਹ ਵੀ ਜੋਬ ਕਰਦੇ ਸੀ ਸ਼ਾਮ ਨੂੰ ਮੈਂ ਵੀ ਆ ਕੇ ਵੀ ਕਹਿਦਾ ਵੀ ਹਾਂ ਮੈਂ ਬਹੁਤ ਔਖੀ ਹੋਈ ਅੱਜ ਸਾਰਾ ਦਿਨ ਕੰਮ ਹੋਈ ਉਹਨਾਂ ਨੇ ਮੈਨੂੰ ਕਹਿਤਾ ਵੀ ਤੂੰ ਜੋਬ ਛੱਡ ਦੇ ਤਕਰੀਬਨ ਤੂੰ ਤਾਂ ਸਹੀ ਰਹੇਂਗੀ ਜੇ ਜੋਬ ਨਹੀਂ ਕਰੇਂਗੀ ਕੋਈ ਨਾ ਆਪਣਾ ਚੱਲਦਾ ਘਰੇ ਚੱਲੀ ਜਾਊਗਾ ਜਦੋਂ ਇਹ ਮਾਹੌਲ ਸੀਗਾ ਤੁਹਾਡੇ ਬੱਚੇ 'ਤੇ ਵੀ ਕਾਫੀ ਅਸਰ ਪਿਆ ਹਾਂਜੀ ਬੱਚੇ 'ਤੇ ਵੀ ਕਾਫੀ ਅਸਰ ਪੈਂਦਾ ਮੈਨੂੰ ਟਾਈਮ ਵੀ ਨਹੀਂ ਦਿੱਤਾ ਜਾਂਦਾ ਸੀ ਬੱਚੇ ਦੇ ਲਈ ਅਤੇ ਫਿਰ ਉਹਨਾਂ ਨੇ ਜੋਬ ਲਈ ਮਨਾ ਕਰਤਾ ਸੀਗਾ ਮੈਨੂੰ ਉਹਨਾਂ ਨੇ ਜੋਬ ਲਈ ਮਨਾ ਕਰਤਾ ਤੁਸੀਂ ਇੱਧਰੋਂ ਪਹਿਲਾਂ ਹੀ ਤਿਆਰ ਸੀਗੇ ਸਰ ਮੈਂ ਸੈੱਟ ਹੀ ਨਹੀਂ ਸੀਗੀ ਫਿਜ਼ੀਕਲੀ ਸੈੱਟ ਹੀ ਨਹੀਂ ਸੀ ਕਿਉਂਕਿ ਮੈਨੂੰ ਪ੍ਰੋਬਲਮ ਬਹੁਤ ਜ਼ਿਆਦਾ ਆ ਰਹੀ ਸੀਗੀ ਹਾਂਜੀ ਕੀ ਇਸ ਤੋਂ ਇਲਾਵਾ ਚਲੋ ਇਹ ਤਾਂ ਹੋ ਗਿਆ ਘਰ ਦੇ ਕੰਮਾਂ ਕਾਰਾਂ ਦੇ ਵਿੱਚ ਵੀ ਤੁਹਾਨੂੰ ਕਾਫੀ ਪ੍ਰੋਬਲਮ ਆਉਂਦੀ ਹਾਂਜੀ ਜਦੋਂ ਮਤਲਬ ਕੰਮ ਘਰ ਦਾ ਵੀ ਕਰਨਾ ਪੈਂਦਾ ਸੀਗਾ ਉਦੋਂ ਵੀ ਮੈਨੂੰ ਮਤਲਬ ਝੁਕਣ ਦੇ ਵਿੱਚ ਜਾਂ ਫਿਰ ਖੜ੍ਹੇ ਹੋ ਕੇ ਕੰਮ ਕਰਨ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਿਲ ਆਉਂਦੀ ਸੀ ਅਤੇ ਸਭ ਤੋਂ ਜ਼ਿਆਦਾ ਪੇਨ ਤੁਹਾਨੂੰ ਸਵੇਰੇ ਉੱਠਣ ਲੱਗੇ ਆਉਂਦੀ ਸੀ ਰਾਤ ਨੂੰ ਆਉਂਦੀ ਸੀ ਕਿਸ ਤਰ੍ਹਾਂ ਕਦ ਕਿਸ ਵੇਲੇ ਆਉਂਦੀ ਸਰ ਸਵੇਰੇ ਵੀ ਆਉਂਦੀ ਸੀ ਮਤਲਬ ਡੇ ਟਾਈਮ ਫੁੱਲ ਡੇ ਟਾਈਮ ਹੁੰਦੀ ਰਹਿੰਦੀ ਸੀ ਜ਼ਿਆਦਾ ਤਾਂ ਮੈਂ ਜਦੋਂ ਰਾਤ ਨੂੰ ਪੈਂਦੀ ਸੀਗੀ ਉਸ ਟਾਈਮ ਬਹੁਤ ਜ਼ਿਆਦਾ ਹੁੰਦੀ ਸੀਗੀ ਡੇ ਟਾਈਮ ਤਾਂ ਆਪਾਂ ਮਤਲਬ ਬੋਡੀ ਗਰਮ ਹੋ ਜਾਂਦੀ ਹੈ ਫਿਰ ਹੀ ਜਾਂਦੇ ਸੀਗੇ ਸਵੇਰੇ ਉੱਠ ਕੇ ਮਤਲਬ ਰਾਤ ਨੂੰ ਇੰਨੀ ਮੁਸ਼ਕਿਲ ਆਉਂਦੀ ਸੀ ਵੀ ਪਿਆ ਵੀ ਨਹੀਂ ਜਾਂਦਾ ਸੀ ਰਾਤ ਨੂੰ ਅੱਜ ਕੱਲ੍ਹ ਸਰਦੀ ਗਰਮੀਆਂ ਦੇ ਵਿੱਚ ਵੀ ਜਿਹੜਾ ਉਹ ਏਸੀ ਲੱਗਦਾ ਏਸੀ ਲੱਗਣ ਕਰਕੇ ਸਰਦੀਆਂ ਵਰਗੇ ਹੀ ਕਮਰੇ ਦਾ ਮਾਹੌਲ ਰਹਿੰਦਾ ਏਸੀ ਦੇ ਵਿੱਚ ਵੀ ਤੁਹਾਨੂੰ ਪ੍ਰੋਬਲਮ ਆਉਂਦੀ ਰਹੀ ਹਾਂਜੀ ਸਰ ਏਸੀ ਦੇ ਵਿੱਚ ਵੀ ਪ੍ਰੋਬਲਮ ਆਉਂਦੀ ਸੀਗੀ ਮੈਨੂੰ ਪਰਿਵਾਰ ਕਹਿੰਦਾ ਹੋਣਾ ਵੀ ਏਸੀ ਲਾਉਣਾ ਹੈ ਤੁਸੀਂ ਕਹਿੰਦੇ ਹੋਣਾ ਮੈਨੂੰ ਪ੍ਰੇਨ ਹੁੰਦੀ ਹੈ ਅਤੇ ਉਹਦੇ 'ਚ ਵੀ ਇੱਕ ਟੈਨਸ਼ਨ ਵਾਲਾ ਮਾਹੌਲ ਹਾਂਜੀ ਸਰ ਉਹ ਵੀ ਟੈਨਸ਼ਨ ਵਾਲਾ ਮਾਹੌਲ ਹੀ ਬਣ ਜਾਂਦਾ ਸੀ ਨਾਲ ਤੁਸੀਂ ਦੱਸ ਰਹੇ ਸੀ ਵੀ ਤੁਹਾਨੂੰ ਮਾਈਗ੍ਰੇਨ ਦੀ ਪ੍ਰੋਬਲਮ ਹੈ ਉਹ ਕਿੱਦਾਂ ਹੋ ਗਈ ਸਰ ਮੈਂ ਜਦੋਂ ਪੜ੍ਹਾਉਂਦੀ ਸੀ ਮੈਂ ਜਦੋਂ ਸਕੂਲ ਜਾਂਦੀ ਸੀਗੀ ਤਾਂ ਉੱਥੇ ਜਦੋਂ ਮੈਂ ਸ਼ਾਮ ਨੂੰ ਘਰ ਆਉਂਦੀ ਸੀ ਤਾਂ ਮੇਰਾ ਸਿਰ ਬਹੁਤ ਜ਼ਿਆਦਾ ਦਰਦ ਕਰਦਾ ਹੁੰਦਾ ਸੀ ਮਤਲਬ ਆ ਕੇ ਮੈਂ ਆਰਾਮ ਨਾਲ ਪੈ ਜਾਣਾ ਹੁੰਦਾ ਸੀ ਕੋਈ ਕੰਮ ਨਹੀਂ ਕਰਨਾ ਹੁੰਦਾ ਸੀਗਾ ਬੱਚੀ ਵੀ ਛੋਟੀ ਸੀਗੀ ਅਤੇ ਉਹਨੂੰ ਵੀ ਮੰਮੀ ਮਦਰ ਇਨ ਲਾਅ ਹੀ ਦੇਖਦੇ ਸੀਗੇ ਮੇਰੇ ਮਤਲਬ ਉਹਨਾਂ ਨੇ ਉਹਦਾ ਸਾਰਾ ਕੁਛ ਕਰਨਾ ਮੈਂ ਮੰਮੀ ਨੂੰ ਇਹ ਟੈਨਸ਼ਨ ਹੁੰਦੀ ਸੀ ਵੀ ਇਸ ਉਮਰ ਦੇ ਵਿੱਚ ਹੀ ਇਹਦਾ ਸਿਰ ਦਰਦ ਹੋ ਰਿਹਾ ਅੱਗੇ ਜਾ ਕੇ ਕੀ ਬਣੂਗਾ ਵੀ
ਬੱਚੀ ਵੀ ਛੋਟੀ ਆ ਸਾਡੀ, ਮਤਲਬ ਸਾਡੇ ਸਾਰੇ ਘਰ ਦੇ ਵੀ ਟੈਨਸ਼ਨ ਦੇ ਵਿੱਚ ਸੀ, ਵਿੱਚ ਸੀਗੇ ਵੀ ਇੰਨੀ ਛੋਟੀ ਉਮਰ ਦੇ ਵਿੱਚ ਵੀ ਇਹਨੂੰ ਰੋਗ ਲੱਗ ਚੁੱਕੇ ਨੇ। ਜਦੋਂ ਤੁਸੀਂ ਦਵਾਈਆਂ ਖਾਧੀਆਂ ਨੇ ਉਹਦਾ ਕੋਈ ਸਾਈਡ ਇਫੈਕਟ ਵੀ ਆਇਆ? ਹਾਂਜੀ, ਸਾਈਡ ਇਫੈਕਟ ਵੀ ਆਇਆ, ਮੇਰਾ ਵਜ਼ਨ ਬਹੁਤ ਜ਼ਿਆਦਾ ਵੱਧ ਗਿਆ ਸੀਗਾ ਅਤੇ ਮਤਲਬ ਬਾਡੀ ਵੀ ਕਹਿ ਦਿਉ ਤੁਸੀਂ ਸਹੀ ਨਹੀਂ ਰਹੀ ਸੀ, ਮਤਲਬ ਉਹ ਢਾਂਚਾ ਜਿਹਾ ਹੀ ਵਿਗੜ ਗਿਆ ਸੀ ਬਾਡੀ ਦਾ। ਤੁਸੀਂ ਦੱਸੋਗੇ ਸੱਟ ਜਿਹੜੀ ਲੱਗੀ ਸੀਗੀ ਉਹ ਮਤਲਬ ਉਹਦੇ ਉਹ ਸੱਟ ਲੱਗਣ ਤੋਂ ਅਤੇ ਦਵਾਈਆਂ ਖਾਣ ਤੋਂ ਜਦੋਂ ਦਵਾਈਆਂ ਖਾਧੀਆਂ ਉਹ ਕਿੰਨੀ ਪਹਿਲਾਂ ਸਟਾਰਟ 'ਚ ਕਿੰਨੀ ਸੀ ਅਤੇ ਬਾਅਦ 'ਚ ਕਿੰਨੀ? ਕਿਉਂਕਿ ਸੱਟ ਲੱਗਣ ਸਾਰ ਤਾਂ ਜਿਹੜੀ ਮੇਨ ਤਾਂ ਸੱਟ ਉਦੋਂ ਹੁੰਦੀ ਹੈ, ਇੱਕ ਲਿੰਗ ਦਵਾਈਆਂ ਖਾਧੀਆਂ ਤਾਂ ਉਹਦੇ ਨਾਲ ਵਧੀ ਜਾਂ ਫਿਰ ਸੱਟ ਲੱਗਣ ਕਰਕੇ ਜਿਹੜੀ ਸੀਗੀ ਉਹ ਪਹਿਲਾਂ ਹੀ ਇੱਦਾਂ ਦੀ ਸੀਗੀ? ਨਹੀਂ ਸਰ, ਸੱਟ ਲੱਗਣ ਨਾਲ ਤਾਂ ਇੰਨੀ ਪੇਨ ਨਹੀਂ ਸੀ, ਬਟ ਮੈਂ ਜਦੋਂ ਜਿਵੇਂ ਜਿਵੇਂ ਦਵਾਈ ਲੈਂਦੀ ਗਈ ਉਹਦੇ ਨਾਲ ਮੇਰੀ ਜਿਹੜੀ ਪੇਨ ਸੀ ਉਹ ਵੱਧਦੀ ਗਈ ਸਰ। ਕਦੇ ਕਦੇ ਐਂ ਹੁੰਦਾ ਵੀ ਇੱਦੋਂ ਤਾਂ ਮੈਂ ਨਾ ਦਵਾਈ ਖਾਧੀ? ਹਾਂਜੀ ਸਰ, ਕਦੇ ਕਦੇ ਤਾਂ ਗੁੱਸਾ ਚੜ ਜਾਂਦਾ ਸੀ ਵੀ ਨਾ ਖਾਓ ਦਵਾਈ, ਛੱਡ ਹੀ ਦਿਓ, ਜਿਹੜਾ ਕੁਛ ਹੋਣਾ ਹੋ ਹੀ ਜਾਊਗਾ। ਕਦੇ ਕਦੇ ਇਹ ਨੌਬਤ ਆ ਜਾਂਦੀ ਸੀਗੀ ਘਰ ਦੀ ਵੀ ਇੰਨਾ ਗੁੱਸਾ ਚੜ੍ਹਦਾ ਸੀਗਾ ਵੀ ਨਾ ਖਾਓ ਦਵਾਈ, ਰਹਿਣ ਦਿਓ। ਹਾਂਜੀ ਸਰ। ਅੱਛਾ, ਅਤੇ ਇਸ ਤੋਂ ਇਲਾਵਾ ਫਿਰ ਜਦੋਂ ਇਹ ਸਾਰੇ ਮਾਹੌਲ ਦੇ ਵਿੱਚ ਤੁਸੀਂ ਗਏ, ਐੱਮ ਆਰ ਆਈਆਂ ਵੀ ਕਰਾ ਲਈਆਂ, ਤੁਸੀਂ ਦਵਾਈਆਂ ਵੀ ਲੈ ਲਈਆਂ, ਤੁਹਾਡਾ ਪੇਨ ਵੀ ਵੱਧਦੀ ਚਲੀ ਗਈ, ਕੋਈ ਡਾਕਟਰ ਕੋਈ ਤੁਹਾਨੂੰ ਕੋਈ ਇਹੋ ਜਿਹਾ ਮਿਲਿਆ ਜਿੱਥੋਂ ਤੁਹਾਨੂੰ ਟ੍ਰੀਟਮੈਂਟ ਤੁਹਾਡਾ ਸਹੀ ਹੁੰਦਾ? ਸਰ, ਮੈਂ ਬਹੁਤ ਮੈਡੀਸਨ ਖਾ ਕੇ ਅੱਕ ਚੁੱਕੀ ਸੀ। ਲਾਸਟ ਮੂਮੈਂਟ 'ਤੇ ਮੈਨੂੰ ਮੇਰੇ ਰਿਸ਼ਤੇਦਾਰ ਸੀਗੇ ਉਹਨਾਂ ਨੇ ਮੈਨੂੰ ਡਾਕਟਰ ਭੁੱਲਰ ਸਾਹਿਬ ਦੀ ਸੀ ਜਿਹੜੀ ਉਹ ਗੱਲ ਦੱਸੀ ਵੀ ਤੁਸੀਂ ਉੱਥੇ ਜਾ ਕੇ ਆਪਣਾ ਟ੍ਰੀਟਮੈਂਟ ਕਰਾਓ ਅਤੇ ਉੱਥੋਂ ਤੁਸੀਂ ਠੀਕ ਹੋਵੋਗੇ। ਹਾਂਜੀ, ਫਿਰ ਮੈਂ ਡਾਕਟਰ ਭੁੱਲਰ ਸਾਹਿਬ ਕੋਲ ਆਈ ਇੱਥੇ ਮੋਗੇ ਮੈਡੀਸਨ ਲਈ ਅਤੇ ਇੱਥੋਂ ਮੈਨੂੰ ਬਹੁਤ ਜ਼ਿਆਦਾ ਫਰਕ ਮੈਨੂੰ ਮਹਿਸੂਸ ਹੋ ਰਿਹਾ ਸਰ। ਮਤਲਬ ਡਾਕਟਰ ਸਾਹਿਬ ਦੇ ਕੋਲ ਜਦੋਂ ਤੁਸੀਂ ਆਏ ਸੀਗੇ ਅਤੇ ਕਿੱਦਾਂ ਉਹਨਾਂ ਨੇ ਤੁਹਾਨੂੰ ਡਾਇਗਨੋਸ ਕੀਤਾ, ਕੀ ਦੱਸਿਆ ਤੁਹਾਨੂੰ? ਸਰ, ਡਾਕਟਰ ਸਾਹਿਬ ਨੇ ਮੈਨੂੰ ਮਤਲਬ ਦੱਸਿਆ ਵੀ ਕੋਈ ਗੱਲ ਨਹੀਂ, ਤੁਹਾਡੀ ਪ੍ਰੋਬਲਮ ਛੋਟੀ ਜਿਹੀ ਆ, ਠੀਕ ਹੋ ਜਾਵੇਗੀ। ਮਤਲਬ ਉਹਨਾਂ ਦੇ ਮਤਲਬ ਕਹਿਣ ਦੇ ਨਾਲ ਹੀ ਮਤਲਬ ਇਹ ਹੁੰਦਾ ਸੀਗਾ ਵੀ ਹਾਂ ਅਸੀਂ ਕੋਈ ਨਹੀਂ, ਅਸੀਂ ਹੁਣ ਠੀਕ ਹੋ ਜਾਵਾਂਗੇ। ਮੈਂ ਮਤਲਬ ਪਹਿਲੀ ਵਾਰੀ ਜਦੋਂ ਮੈਡੀਸਨ ਲਈ ਸੀ ਮੈਨੂੰ ਇਹ ਫੀਲ ਹੋਣ ਲੱਗ ਗਿਆ ਸੀਗਾ ਮੈਂ ਠੀਕ ਹੋ ਜਾਊਂਗੀ। ਕਿੱਥੇ ਡਾਕਟਰ ਕਹਿੰਦੇ ਸੀ ਵੀ ਆਪਰੇਸ਼ਨ ਹੋਊਗਾ, ਕਿੱਥੇ ਸਰ ਕਹਿੰਦੇ ਸੀ ਕੋਈ ਨਹੀਂ ਤੁਸੀਂ 3 ਮਹੀਨੇ ਮੈਡੀਸਨ ਖਾਓ ਤੁਸੀਂ ਠੀਕ ਹੋ ਜਾਓਗੇ। ਤਾਂ ਮੈਨੂੰ ਸਰ ਨੇ ਕੁਛ ਜਿਵੇਂ ਦੁੱਧ ਦੀਆਂ ਬਣੀਆਂ ਚੀਜ਼ਾਂ ਸੀ ਉਹਨਾਂ ਦਾ ਪਰਹੇਜ਼ ਦੱਸਿਆ ਅਤੇ ਉਸ ਤੋਂ ਬਾਅਦ ਮੈਨੂੰ ਮਤਲਬ ਫਰਕ ਪੈ ਗਿਆ। ਤੁਸੀਂ ਡਾਕਟਰ ਸਾਹਿਬ ਨਾਲ ਕਿਵੇਂ ਜੁੜੇ? ਮਤਲਬ ਕਿਸੇ ਨੇ ਰਿਕਮੈਂਡ ਕੀਤਾ ਜਾਂ ਕੁਛ ਵੀਡੀਓਜ਼ ਦੇਖੀਆਂ ਤੁਸੀਂ? ਇੱਕ ਹੁੰਦਾ ਨਾ ਤੁਸੀਂ ਕਹਿ ਰਹੇ ਸੀ ਮੈਨੂੰ ਲੱਗਿਆ ਮੈਂ ਠੀਕ ਹੋ ਜੂੰਗੀ, ਉਹ ਠੀਕ ਹੋ ਜੂੰਗਾ ਵਾਲਾ ਤਾਂ ਹੁੰਦਾ ਵੀ ਬੰਦੇ ਦਾ ਟ੍ਰੀਟਮੈਂਟ ਪਹਿਲਾਂ ਦੇਖ ਚੁੱਕਿਆ ਵੀ ਇੰਨੇ ਬੰਦੇ ਠੀਕ ਹੋ ਗਏ ਮੈਂ ਵੀ ਹੋ ਜੂੰਗਾ, ਕੋਈ ਵੀਡੀਓਜ਼ ਦੇਖਿਆ? ਨਹੀਂ ਸਰ, ਸਾਡੇ ਮੇਰੇ ਮਾਸੀ ਜੀ ਨੇ ਮਲੇਰਕੋਟਲੇ ਤੋਂ ਉਹਨਾਂ ਨੇ ਵੀ ਮੈਡੀਸਨ ਲਈ ਸੀਗੀ, ਉਹ ਵੀ ਪਹਿਲਾਂ ਠੀਕ ਹੋਏ ਨੇ ਸਰ। ਜਦੋਂ ਡਾਕਟਰ ਸਾਹਿਬ ਦੇ ਨਾਲ ਤੁਸੀਂ ਦਵਾਈ ਲੈ ਲਈ ਉਹਨਾਂ ਤੋਂ ਅਤੇ ਦਵਾਈ ਖਾਣੀ ਵੀ ਸ਼ੁਰੂ ਕਰਤੀ, ਕਿੰਨੀ ਦੇਰ ਦੇ ਵਿੱਚੋਂ ਤੁਹਾਡਾ ਤੁਹਾਨੂੰ ਇਹ ਲੱਗਣ ਲੱਗ ਗਿਆ ਵੀ ਮੈਨੂੰ ਹੁਣ ਕੁਛ ਥੋੜ੍ਹਾ ਬਹੁਤਾ ਫਰਕ ਹੈ? ਸਰ, ਮੈਨੂੰ ਮਾਈਗ੍ਰੇਨ ਦੀ ਜਿਹੜੀ ਪ੍ਰੋਬਲਮ ਸੀ ਉਹ ਤਾਂ ਥੋੜ੍ਹੇ ਹੀ ਦਿਨਾਂ ਵਿੱਚ 4-5 ਦਿਨਾਂ ਦੇ ਵਿੱਚ ਹੀ ਪਤਾ ਲੱਗਣ ਲੱਗ ਗਈ ਵੀ ਮੇਰਾ 4-5 ਦਿਨਾਂ ਦੇ ਵਿੱਚ। ਹਾਂਜੀ ਸਰ, ਕਿਉਂਕਿ ਮੇਰਾ ਸਿਰ ਜਿਹੜਾ ਭਾਰੀ ਭਾਰੀ ਰਹਿੰਦਾ ਸੀ ਉਹ ਹਲਕਾ ਰਹਿਣ ਲੱਗ ਗਿਆ ਅਤੇ ਉਸ ਤੋਂ ਬਾਅਦ ਮਤਲਬ ਹੌਲੀ ਹੌਲੀ ਜਿਹੜਾ ਮੇਰੀ ਸਾਈਡ ਦਰਦ ਹੋ ਰਹੀ ਸੀਗੀ, ਅੱਖ ਬੰਦ ਹੋ ਰਹੀ ਸੀ, ਉਹ ਬਿਲਕੁਲ ਹੀ ਖਤਮ ਹੋ ਚੁੱਕੀ, ਹੁਣ ਮੈਂ ਮਾਈਗ੍ਰੇਨ ਤੋਂ ਬਿਲਕੁਲ ਹੀ ਫ੍ਰੀ ਹਾਂ ਸਰ। ਜਦੋਂ ਮਾਈਗ੍ਰੇਨ ਦਾ ਪਹਿਲਾਂ ਦਰਦ ਹੁੰਦਾ ਸੀਗਾ ਕੀ ਲੱਗਦਾ ਹੁੰਦਾ ਸੀ ਵੀ ਸਿਰ 'ਚ ਨਾ ਕੁਛ ਹੋਵੇ, ਕੋਈ ਪ੍ਰੋਬਲਮ ਨਾ ਹੋਵੇ? ਹਾਂਜੀ, ਸਿਰ ਭਾਰੇ ਭਾਰੀ ਰਹਿਣਾ, ਮਤਲਬ ਉੱਠਣ ਨੂੰ ਜੀ ਨਾ ਕਰਨਾ, ਅੱਖ ਬੰਦ ਹੋ ਜਾਣੀ, ਪਾਣੀ ਆਉਣਾ ਅੱਖ ਦੇ ਵਿੱਚੋਂ, ਸਰ ਇਹ ਬਹੁਤ ਸਾਰੀਆਂ ਪ੍ਰੋਬਲਮ ਸੀਆਂ ਜਿਹੜੀਆਂ ਇਹ ਮੈਨੂੰ ਪਹਿਲਾਂ ਹੁੰਦੀਆਂ ਸੀ। ਰਾਤ ਵੇਲੇ ਹੁੰਦਾ ਸੀ, ਦਿਨ 'ਚ ਹੁੰਦਾ ਸੀ? ਸਰ, ਸਵੇਰ ਟਾਈਮ ਵੀ ਹੁੰਦਾ ਸੀ, ਦਿਨ ਟਾਈਮ ਵੀ ਹੁੰਦਾ ਸੀ, ਜਦੋਂ ਮਤਲਬ ਦਰਦ ਸ਼ੁਰੂ ਹੋ ਜਾਂਦਾ ਸੀਗਾ ਮਤਲਬ ਸਾਰੀਆਂ ਪ੍ਰੋਬਲਮ ਇਕੱਠੀਆਂ ਹੀ ਆ ਜਾਂਦੀਆਂ ਸੀਗੀਆਂ। ਅਤੇ ਜਦੋਂ ਇਹ 4-5 ਦਿਨ ਬਾਅਦ ਹੀ ਤੁਹਾਨੂੰ ਫਰਕ ਪੈਣਾ? ਹਾਂਜੀ, ਮੈਨੂੰ 4-5 ਦਿਨਾਂ ਬਾਅਦ ਹੀ ਫਰਕ ਪੈਣਾ ਸ਼ੁਰੂ ਹੋ ਗਿਆ ਸੀਗਾ ਸਰ। ਅਤੇ ਜਿਹੜਾ ਡਿਸਕ ਵਾਲੀ ਪ੍ਰੋਬਲਮ ਇਹ ਸਰ ਇਹ ਥੋੜ੍ਹਾ ਟਾਈਮ ਲੱਗਿਆ, ਮਤਲਬ 15-20 ਦਿਨਾਂ ਦੇ ਵਿੱਚ ਹੀ ਫਰਕ ਪੈਣਾ ਸ਼ੁਰੂ ਹੋ ਗਿਆ ਸੀ ਫਿਰ ਮੈਨੂੰ। 15-20 ਦਿਨ ਦੇ ਵਿੱਚ ਵਿੱਚ ਫਰਕ ਪੈਣਾ ਸ਼ੁਰੂ ਤਾਂ ਪੂਰੀ ਤਰ੍ਹਾਂ ਹੁਣ ਕਿੰਨੀ ਦੇਰ ਹੋ ਗਈ ਤੁਹਾਨੂੰ ਦਵਾਈ ਖਾਂਦੀ? ਸਰ, ਮੈਨੂੰ 2.5 ਮਹੀਨੇ ਤਕਰੀਬਨ ਹੋ ਚੁੱਕੇ ਨੇ ਮੈਡੀਸਨ ਖਾਂਦੀ ਨੂੰ ਔਰ ਮੈਂ ਬਿਲਕੁਲ ਠੀਕ ਹਾਂ ਸਰ। 100% ਤੁਹਾਡਾ ਰਿਜ਼ਲਟ ਮਿਲ ਗਿਆ ਜਾਂ ਫਿਰ ਤੁਹਾਨੂੰ ਹਲੇ ਵੀ ਤੁਹਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਥੋੜ੍ਹੀ ਪ੍ਰੋਬਲਮ ਹੈ? ਨਹੀਂ ਸਰ, ਮੈਂ ਬਿਲਕੁਲ ਠੀਕ ਹਾਂ ਜੀ ਹੁਣ। ਵਿਆਹ ਸ਼ਾਦੀ 'ਚ ਜਾ ਕੇ ਦੇਖ ਲਿਆ ਕਿੱਦਾਂ ਪਾ ਕੇ ਦੇਖ? ਹਾਂਜੀ ਬਿਲਕੁਲ, ਖੂਬ ਭੰਗੜਾ ਪਾਈਦਾ ਜੀ ਹੁਣ। ਵੈਰੀ ਗੁੱਡ। ਅੱਛਾ, ਇੱਕ ਚੀਜ਼ ਦੱਸੋ ਕਿ ਜਦੋਂ ਬੰਦਾ ਇੱਥੇ ਆ ਕੇ ਠੀਕ ਹੋ ਜਾਂਦਾ, ਮੈਂ ਬਹੁਤ ਸਾਰੇ ਜਿਹੜੇ ਪੇਸ਼ੈਂਟਸ ਦੇ ਨਾਲ ਇੰਟਰਵਿਊ ਕੀਤੀ ਹੈਗੀ, ਉਹ ਕਹਿੰਦੇ ਵੀ ਸਾਇੰਸ ਕਲਾਸਾਂ ਲਗਾਉਂਦੇ ਨੇ ਤਾਂ ਕਿ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਬੋਡੀ ਦੇ ਅੰਦਰ ਕਿੱਥੇ ਖਰਾਬੀ ਕਿਵੇਂ ਆਈ ਹੈ, ਤੁਸੀਂ ਵੀ ਕੁਛ ਇਸ ਤਰ੍ਹਾਂ ਦੀ ਸਮਝਣ ਦੀ ਕੋਸ਼ਿਸ਼ ਕੀਤੀ? ਹਾਂਜੀ ਸਰ, ਮੈਂ ਅੰਮ੍ਰਿਤਸਰ ਵੀ ਗਈ, ਸਾਇੰਸ ਕਲਾਸ ਲਗਾਈ ਆ। ਸੈਮੀਨਾਰ ਜਿਹੜਾ ਹੋਇਆ? ਹਾਂਜੀ, ਮੈਂ ਲਗਾਈ ਆ ਸਾਇੰਸ ਕਲਾਸ, ਅੰਮ੍ਰਿਤਸਰ ਵੀ ਲਗਾਈ ਆ ਔਰ ਲੁਧਿਆਣੇ ਹੁਣ ਲੱਗ ਕੇ ਹਟੀ ਆ, ਉਹ ਵੀ ਲਗਾ ਚੁੱਕੀ ਹਾਂ ਮੈਂ। ਉੱਥੇ ਵੀ ਲਗਾਇਆ, ਕੁਛ ਹਾਸਲ ਹੋਇਆ ਤੁਹਾਨੂੰ? ਹਾਂਜੀ, ਮੈਨੂੰ ਬਹੁਤ ਕੁਛ ਨੌਲੇਜ ਮਿਲੀ ਅਤੇ ਉਹ ਨੌਲੇਜ ਮੈਂ ਘਰ ਆ ਕੇ ਅਪਲਾਈ ਕਰਦੀ ਹਾਂ, ਆਪਣੇ 'ਤੇ ਵੀ ਕਰਦੀ ਹਾਂ, ਨਾਲ ਮੇਰੀ ਆਪਣੀ ਫੈਮਿਲੀ 'ਤੇ ਵੀ ਕਰਦੀ ਹਾਂ ਸਰ।
ਪਰਿਵਾਰ ਐ ਤਾਂ ਨਹੀਂ ਕਹਿੰਦਾ ਵੀ ਜ਼ਿਆਦਾ ਡਾਕਟਰੀ ਝਾੜੀ ਜਾਂਦੇ ਹੋ? ਨਹੀਂ ਨਹੀਂ ਸਰ, ਪਹਿਲਾਂ ਤਾਂ ਹੋਇਆ ਸੀਗਾ ਤੇ ਹੁਣ ਉਹ ਫੋਲੋ ਅਪ ਕਰਨ ਲੱਗ ਚੁੱਕੇ ਨੇ ਵੀ ਹਾਂ। ਮਤਲਬ ਜਿਹੜੀ ਡਾਕਟਰੀ ਝਾੜਦੇ ਸੀ ਉਹਦੇ ਨਾਲ ਕੋਈ ਫਰਕ ਪੈਂਦਾ ਸੀ? ਕਹਿੰਦੇ ਨਹੀਂ ਠੀਕ ਝਾੜ ਰਹੇ ਨੇ। ਹਾਂਜੀ ਹਾਂਜੀ, ਹੁਣ ਬਿਲਕੁਲ ਠੀਕ ਝਾੜ ਰਹੇ ਨੇ ਕਹਿੰਦੇ। ਤੇ ਅੱਗੇ ਕੀ ਪਲੈਨ ਆ ਹੁਣ ਇੱਦਾਂ, ਮਤਲਬ ਕਿਉਂਕਿ ਜਦੋਂ ਬੰਦਾ ਆਪਣਾ ਪਹਿਲਾਂ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਦੇ ਉੱਤੇ ਜੋ ਸਿੱਖਿਆ ਦਾ ਪਰਿਵਾਰ ਦੇ ਉੱਤੇ ਤਜਰਬਾ ਕਰਦਾ, ਅੱਗੇ ਕੀ ਪਲੈਨ ਆ? ਸਰ ਅੱਗੇ ਪਲੈਨਿੰਗ ਇਹ ਆ ਵੀ ਅਸੀਂ ਅੱਗੇ ਤੋਂ ਮਤਲਬ ਜਿਹੜੀ ਅਸੀਂ ਠੀਕ ਹੋਏ ਹਾਂ ਅਤੇ ਅੱਗੇ ਵੀ ਹੋਰ ਮੈਂਬਰਾਂ ਨੂੰ, ਸਾਡੀ ਕੋਸ਼ਿਸ਼ ਇਹੀ ਰਹੇਗੀ ਵੀ ਜੇ ਅਸੀਂ ਠੀਕ ਹੋਏ ਹਾਂ ਤਾਂ ਅਸੀਂ ਹੋਰ 4 ਜਣਿਆਂ ਨੂੰ ਵੀ ਠੀਕ ਕਰਾਂਗੇ। ਅਤੇ ਹੁਣ ਤੁਸੀਂ 4 ਜਣਿਆਂ ਨੂੰ ਤਾਂ ਠੀਕ ਕਰਨ ਦੀ ਗੱਲ ਕਰਤੀ, ਕੋਈ ਇਸ ਤਰ੍ਹਾਂ ਦਾ ਆਂਢੀ ਗੁਆਂਢੀ ਕੋਈ ਆਇਆ ਤੁਹਾਡੇ ਕੋਲ ਜਿਹਦੇ ਨਾਲ ਤੁਸੀਂ ਜਿਹਨੂੰ ਰਿਕਮੈਂਡ ਕੀਤਾ ਹੋਵੇ? ਹਾਂਜੀ ਸਰ, ਮੈਂ 3 ਪੇਸ਼ੈਂਟ ਇੱਥੇ ਭੇਜਿਆ ਜਿਹੜੇ ਉਹ ਮੈਡੀਸਨ ਲੈ ਚੁੱਕੇ ਨੇ। ਹਾਂਜੀ, ਇੱਕ ਤਾਂ ਕੈਂਸਰ ਦਾ ਪੇਸ਼ੈਂਟ ਸੀ। ਕੈਂਸਰ ਦਾ ਪੇਸ਼ੈਂਟ? ਹਾਂਜੀ ਸਰ, ਉਹਨੂੰ ਹਾਂਜੀ ਸਰ, ਉਹਨਾਂ ਨੂੰ ਡਾਕਟਰ ਨੇ ਕਿਹਾ ਸੀ, ਡਾਕਟਰ ਨੇ ਵੀ ਤੁਹਾਡੀ ਬੋਡੀ ਦੇ ਵਿੱਚ, ਪੂਰੀ ਬੋਡੀ ਦੇ ਵਿੱਚ ਬਲੱਡ ਦੇ ਵਿੱਚ ਕੈਂਸਰ ਆ। ਹਾਂਜੀ, ਬਟ ਸਰ ਨੇ ਡਾਕਟਰ ਬਲਵਿੰਦਰ ਸਿੰਘ ਭੋਲਰ ਨੇ ਕਿਹਾ ਵੀ ਤੁਹਾਡੀ ਸਿਰਫ ਯੂਟੇਰਸ ਦੇ ਵਿੱਚ ਹੀ ਕੈਂਸਰ, ਹਾਂਜੀ ਉਹਦੇ ਵਿੱਚ ਹੀ ਕੈਂਸਰ ਆ। ਅਤੇ ਉਹ ਉਸ ਦਿਨ ਦੇ ਹੀ ਜਦੋਂ ਦੇ ਸਰ ਨੂੰ ਮਿਲ ਕੇ ਆਏ ਨੇ, ਉਹ ਇੰਨਾ ਹਲਕਾ ਮਹਿਸੂਸ ਕਰ ਰਹੇ ਨੇ ਵੀ ਹਾਂ ਮੈਂ ਠੀਕ ਹੋ ਜੂ। ਸਰ ਨੇ ਸਿਰਫ ਇੰਨਾ ਹੀ ਕਿਹਾ ਉਹਨਾਂ ਨੂੰ ਵੀ ਤੁਸੀਂ 6 ਮਹੀਨੇ ਦੀ ਮੈਡੀਸਨ ਨਾਲ ਬਿਲਕੁਲ ਠੀਕ ਹੋ ਜਾਓਗੇ। ਮੈਂ ਸਰ ਉਹਨਾਂ ਨਾਲ ਮੇਰਾ ਡੇਲੀ ਵਾਂਗ ਕੰਟੈਕਟ ਹੁੰਦਾ ਗਾ, ਉਹ ਕਹਿੰਦੇ ਕੋਈ ਗੱਲ ਨਹੀਂ ਮੈਂ ਬਿਲਕੁਲ ਠੀਕ ਹੋਊਂਗੀ। ਹਾਂ, ਮਤਲਬ ਇੱਕ ਦਿਮਾਗ ਦੇ ਵਿੱਚ ਇੱਕ ਪਲਾਸੀਬੋ ਇਫੈਕਟ ਜਿਹੜਾ ਉਹ ਕੰਮ ਕਰਨਾ ਸ਼ੁਰੂ ਕਰਤਾ ਵੀ ਮੈਂ ਠੀਕ ਹੋਊਂਗੀ, ਅਤੇ ਹਾਰਮੋਨ ਉੱਦਾਂ ਦੇ ਰਿਲੀਜ਼ ਹੋਣ ਲੱਗਾ। ਹਾਂਜੀ ਸਰ। ਅਤੇ ਇਹ ਤਾਂ ਹੋ ਗਿਆ ਕੈਂਸਰ ਵਾਲਾ, ਕੁਛ ਹੋਰ ਇੱਕ ਦੋ ਤੁਸੀਂ ਕਹਿ ਰਹੇ? ਸਰ ਇੱਕ ਦੇ ਹੈਗੀ ਸੀ ਗਲੇ ਦੇ ਵਿੱਚ ਗੱਠ ਸੀਗੀ, ਉਹ ਗੱਠ ਵੀ ਹੁਣ ਠੀਕ ਹੋਣਾ ਸ਼ੁਰੂ ਹੋ ਚੁੱਕੀ ਆ। ਮਤਲਬ ਉਹਨਾਂ ਦੀ ਸੋਜ ਸੀ, ਗਲੇ ਦੇ ਵਿੱਚ ਸੋਜ ਰਹਿੰਦੀ ਸੀ, ਸੋਜ ਬਿਲਕੁਲ ਹਟ ਗਈ ਆ। ਉਹਨਾਂ ਨੂੰ ਮੈਡੀਸਨ ਲੈਣ ਨੂੰ ਹਾਲੇ ਥੋੜ੍ਹੇ ਹੀ ਦਿਨ ਹੋਏ ਨੇ, 10-15 ਕੁ ਦਿਨ ਹੀ ਹੋਏ ਨੇ। ਉਹ ਕਹਿੰਦੇ ਵੀ ਸੋਜ ਤਾਂ ਮੇਰੀ ਬਿਲਕੁਲ ਹਟ ਗਈ ਆ ਗਲੇ ਦੀ, ਅਤੇ ਜਿਹੜੀ ਗੱਠ ਆ ਉਹ ਹਲਕੀ ਹਲਕੀ ਹਾਲੇ ਦਰਦ ਕਰ ਰਹੀ ਆ। ਹਾਂਜੀ, ਮਤਲਬ ਕਿ ਵਿਸ਼ਵਾਸ ਆ ਰਿਹਾ ਲੋਕਾਂ ਨੂੰ, ਔਰ ਲੋਕ ਜਿਹੜੇ ਠੀਕ ਵੀ ਹੋ ਰਹੇ ਨੇ ਤੁਹਾਡੇ ਤੋਂ ਬਾਅਦ, ਜਿਹੜਾ ਅੱਗੇ ਜ਼ਰੀਆ ਬਣ ਰਿਹਾ, ਤੁਸੀਂ ਅੱਗੇ ਆਪਣੇ ਡਾਕਟਰ ਆਪ ਬਣੇ ਅਤੇ ਹੁਣ ਆਲਾ ਦੁਆਲਾ ਨੂੰ ਵੀ ਠੀਕ ਕਰਨ ਦੇ ਵਿੱਚ ਰੁੱਝ ਗਏ ਹੋ? ਹਾਂਜੀ ਸਰ, ਮੈਂ ਬਿਲਕੁਲ ਰੁੱਝ ਚੁੱਕੀ ਹਾਂ ਜੀ। ਅਤੇ ਤੁਸੀਂ ਤਾਂ ਠੀਕ ਹੋ ਗਏ, ਆਲੇ ਦੁਆਲੇ ਨੂੰ ਵੀ ਠੀਕ ਕਰਤਾ, ਕੁਛ ਜਿਹੜੇ ਦੇਖ ਰਹੇ ਨੇ ਕੁਛ ਸੁਨੇਹਾ ਦੇਣਾ ਚਾਹੋਗੇ ਵੀ ਜੇ ਤੁਸੀਂ ਠੀਕ ਹੋ ਸਕਦੇ ਹੋ ਤਾਂ ਕਿੱਦਾਂ, ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਨੂੰ? ਸਰ ਮੈਂ ਇਹੀ ਕਹਿਣਾ ਚਾਹੂੰਗੀ, ਦੇਖੋ ਵੀ ਪ੍ਰੋਬਲਮ ਆਉਂਦੀਆਂ ਨੇ, ਆਈਆਂ ਵੀ ਆਪਾਂ ਨੂੰ, ਅਤੇ ਬਹੁਤ ਸਾਰੇ ਅਸੀਂ ਟ੍ਰੀਟਮੈਂਟ ਵੀ ਕਰਾਏ, ਹੁਣ ਤੱਕ ਅਸੀਂ ਹਨੇਰੇ ਦੇ ਵਿੱਚ ਹੀ ਰਹੇ, ਬਟ ਹੁਣ ਜਦੋਂ ਸਾਡੇ ਕੋਲ ਚਾਨਣ ਆ ਚੁੱਕਿਆ, ਕਿਉਂ ਨਾ ਅਸੀਂ ਉਸ ਦਾ ਫਾਇਦਾ ਲਈਏ, ਅਸੀਂ ਵੀ ਇਸ ਚਾਨਣ ਦੇ ਵਿੱਚ ਹਾਜ਼ਰੀ ਭਰ ਕੇ ਅਸੀਂ ਵੀ ਆਪਣੇ ਆਪ ਵੀ ਠੀਕ ਹੋਈਏ ਅਤੇ ਦੂਸਰਿਆਂ ਨੂੰ ਵੀ ਠੀਕ ਕਰਨ ਦਾ ਹੌਸਲਾ ਰੱਖੀਏ। ਚਾਨਣ ਤੋਂ ਤੁਹਾਡਾ ਮਤਲਬ? ਸਰ ਡਾਕਟਰ ਬਰਿੰਦਰ ਸਿੰਘ ਭੋਲਰ, ਉਹ ਸਾਡੇ ਸਾਹਮਣੇ ਇੱਕ ਚਾਨਣ ਦੇ ਜ਼ਰੀਏ ਹੀ ਪੇਸ਼ ਹੋਏ ਨੇ। ਅਸੀਂ ਉਹਨਾਂ ਨੂੰ ਮਤਲਬ ਹੁਣ ਤੱਕ ਜਿਵੇਂ ਅਸੀਂ ਡਾਕਟਰਾਂ ਤੋਂ ਮੈਡੀਸਨ ਲੈ ਰਹੇ ਸੀ, ਉਹਨਾਂ ਨੇ ਸਾਨੂੰ ਹਨੇਰੇ ਦੇ ਵਿੱਚ ਹੀ ਰੱਖਿਆ ਵੀ ਹਾਂ ਤੁਸੀਂ ਓਪਰੇਸ਼ਨ ਕਰਾਓ, ਅਤੇ ਡਾਕਟਰ ਬਰਿੰਦਰ ਸਿੰਘ ਭੋਲਰ ਨੇ ਸਾਨੂੰ ਠੀਕ ਕੀਤਾ, ਹਨੇਰੇ 'ਚੋਂ ਦੂਰ ਕੀਤਾ, ਤਾਂ ਸਾਡੇ ਲਈ ਉਹ ਚਾਨਣ ਹੀ ਨੇ ਸਰ। ਬਹੁਤ ਧੰਨਵਾਦ ਜੀ, ਤੋਂ ਮੁਬਾਰਕਾਂ ਤੁਹਾਨੂੰ, ਤੁਸੀਂ ਠੀਕ ਹੋਏ, ਆਲੇ ਦੁਆਲੇ ਵੀ ਠੀਕ ਕਰ ਲਿਆ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਸਰ। ਸੋ ਇਹ ਸਨ ਮਨਪ੍ਰੀਤ ਕੌਰ ਜੀ, ਤੁਸੀਂ ਦੇਖਿਆ ਵੀ ਕਿਸ ਤਰੀਕੇ ਦੇ ਨਾਲ ਇਹਨਾਂ ਦੀ ਆਪਣੀ ਸਿਹਤ ਖਰਾਬ ਹੋਈ, ਸਿਹਤ ਖਰਾਬ ਹੋਣ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਡਿਸਕ ਦੀ ਪ੍ਰੋਬਲਮ, ਨਾਲੇ ਇਹਨਾਂ ਨੂੰ ਮਾਈਗ੍ਰੇਨ ਦੀ ਪ੍ਰੋਬਲਮ, ਕਿਸ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਬੋਡੀ ਦੇ ਉੱਤੇ ਜਿਹੜਾ ਦਰਦ ਸਿਹਾ, ਕਿੱਦਾਂ ਘਰ ਦਾ ਮਾਹੌਲ ਰਿਹਾ, ਨੌਕਰੀ ਛੁੱਟ ਗਈ, ਬੱਚਾ ਇਗਨੋਰ ਹੋ ਗਿਆ, ਪਰਿਵਾਰ ਇਗਨੋਰ ਹੋ ਗਿਆ, ਇੱਕ ਅਜੀਬ ਜਿਹਾ ਮਾਹੌਲ ਬਣ ਗਿਆ ਘਰ ਦੇ ਵਿੱਚ, ਫਾਈਨੈਂਸ਼ਲੀ ਵੀ ਤੰਗ ਹੋਏ, ਸਰੀਰਕ ਤੌਰ ਦੇ ਉੱਤੇ ਵੀ ਤੰਗ ਹੋਏ। ਲੇਕਿਨ ਇੱਕ ਇੰਗਲਿਸ਼ ਦੀ ਕਹਾਵਤ ਹੈ ਕਿ ਆਲ ਇਜ਼ ਵੈਲ ਇਫ ਐਂਡ ਇਜ਼ ਵੈਲ, ਅਤੇ ਆਖਿਰਕਾਰ ਜਦੋਂ ਸਭ ਕੁਝ ਠੀਕ ਹੋ ਗਿਆ ਤਾਂ ਆਪਾਂ ਇਹਨੂੰ ਕਹਾਂਗੇ ਬਹੁਤ ਵਧੀਆ ਹੋ ਗਿਆ। ਸਿਰਫ ਇਹਨਾਂ ਨਾਲ ਹੀ ਵਧੀਆ ਨਹੀਂ ਹੋਇਆ, ਇਹਨਾਂ ਨੇ ਠੀਕ ਹੋਣ ਤੋਂ ਬਾਅਦ ਅੰਮ੍ਰਿਤਸਰ ਸਾਇੰਸ ਕਲਾਸ, ਸਾਇੰਸ ਸੈਮੀਨਾਰ ਪਲੱਸ ਲੁਧਿਆਣਾ ਸੈਮੀਨਾਰ ਜਿਹੜਾ ਸੀ, ਇਹ ਦੋਨੇ ਅਟੈਂਡ ਕੀਤੇ। ਸਿਰਫ 2 ਸੈਮੀਨਾਰ ਅਟੈਂਡ ਕਰਨ ਤੋਂ ਬਾਅਦ ਅੱਜ ਇਹ ਪੰਜਾਬੀ ਜਿਹਨੂੰ ਕਹਿੰਦੇ ਆਪਾਂ ਡਾਕਟਰੀ ਵੀ ਝਾੜਨੀ ਸ਼ੁਰੂ ਕਰਤੀ ਇਹਨਾਂ ਨੇ, ਅਤੇ ਉਹ ਆਪਣੇ ਪਰਿਵਾਰ ਨੂੰ ਵੀ ਠੀਕ ਕੀਤਾ, ਅਤੇ ਹੁਣ ਇਹ ਆਲੇ ਦੁਆਲੇ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਰਿਕਮੈਂਡ ਕਰਨ, ਕਿਉਂਕਿ ਬੋਡੀ ਦੇ ਵਿੱਚ ਕਾਫੀ ਕੁਛ ਸਿੱਖ ਕੇ ਆਏ ਨੇ ਉਹਨਾਂ ਸੈਮੀਨਾਰਸ ਦੇ ਵਿੱਚੋਂ, ਅਤੇ ਹੁਣ ਉਹਨਾਂ ਨੂੰ ਵੀ ਰਿਕਮੈਂਡ ਕਰ ਰਹੇ ਨੇ ਵੀ ਤੁਸੀਂ ਗਲਤ ਪਾਸੇ ਨਾ ਫਸੋ, ਕੁਛ ਖਰਾਬ ਨਾ ਕਰੋ, ਤੁਸੀਂ ਸਹੀ ਇਲਾਜ ਆਹ ਹੈਗਾ, ਤੁਸੀਂ ਇੱਕ ਵਾਰੀ ਜਾ ਕੇ ਡਾਕਟਰ ਵਰਿੰਦਰ ਸਿੰਘ ਭੁੱਲਰ ਉਹਨਾਂ ਨੂੰ ਮਿਲੋ, ਹੋ ਸਕਦਾ ਕਿ ਤੁਸੀਂ ਜਿੱਦਾਂ ਮੈਂ ਠੀਕ ਹੋ ਗਿਆ ਉੱਦਾਂ ਤੁਸੀਂ ਵੀ ਠੀਕ ਹੋ ਜਾਓ ਜਲਦੀ। ਅਤੇ ਕੈਂਸਰ ਵਾਲੇ ਪੇਸ਼ੈਂਟ, ਗਲੇ ਦੀ ਗੱਠ ਵਾਲੇ ਪੇਸ਼ੈਂਟ, ਇੰਨੇ ਗੰਭੀਰ ਬਿਮਾਰੀਆਂ ਦੇ ਪੇਸ਼ੈਂਟ ਨੂੰ ਵੀ ਫਰਕ ਪੈਣਾ ਸ਼ੁਰੂ ਹੋ ਗਿਆ, ਅਤੇ ਅੱਜ ਨਾ ਸਿਰਫ ਇਹ ਆਪ ਠੀਕ ਨੇ ਬਲਕਿ ਹੋਰਾਂ ਨੂੰ ਰਿਕਮੈਂਡ ਕਰ ਰਹੇ ਨੇ। ਅੱਗੇ ਫਿਊਚਰ ਪਲੈਨਿੰਗ ਜਿਹੜੀ ਹੈ ਇਹਨਾਂ ਨੇ ਸਮਾਜ ਦੀ ਸੇਵਾ ਵਾਸਤੇ ਇਹ ਚੁਣਿਆ ਹੋਇਆ ਰਸਤਾ, ਨੌਕਰੀ ਇਹਨਾਂ ਦੀ ਛੁੱਟ ਗਈ ਲੇਕਿਨ ਅੱਗੇ ਸਮਾਜ ਸੇਵਾ ਨੂੰ ਜਿਹੜਾ ਇਹਨਾਂ ਨੇ ਆਪੇ ਅਪਣਾਉਣਾ, ਇਹਦਾ ਤਹੀਆ ਕੀਤਾ ਹੋਇਆ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ, ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ ਜ਼ਰੂਰ ਦੇਣਾ। ਜੇਕਰ ਵੀਡੀਓ ਵਧੀਆ ਲੱਗੀ ਹੈ
ਤੇ ਇਸ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰ ਦਿਓ ਤਾਂ ਕਿ ਇਸ ਦਾ ਫਾਇਦਾ ਉਹਨਾਂ ਲੋਕਾਂ ਨੂੰ ਹੋਵੇ ਜਿਹੜੇ ਕੋਈ ਇੱਕ ਵੀ ਬੰਦਾ ਇਦਾਂ ਦੀ ਪ੍ਰੋਬਲਮ 'ਚ ਬੈਠਾ ਅਤੇ ਜਿਹਦਾ ਇਲਾਜ ਨਹੀਂ ਹੋ ਪਾ ਰਿਹਾ। ਜੇ ਇੱਕ ਵੀ ਬੰਦੇ ਦਾ ਇਸ ਤੋਂ ਫਾਇਦਾ ਹੁੰਦਾ ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਕਾਮਯਾਬ ਰਿਹਾ। ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।